पिछले दिनें गुरसिक बच्चा श्री दरबार साहिब अमृतसर तो अपने सिखी स्वरूप अते तीर रखन करके काफी चर्चा विच आया सी, जिस नूं सिख संगतां अते मीडिया ने बहुत मान दिता सी। उस तरह ही एक होर गुरसिक बच्चा डल जिला तरन तारण का रहन वाला पूर्ण गुरसिक बच्चा कैमरे सामने आया। जदों इस बच्चे नाल गलबात की गई तो उसने अपना नाम सरदार सिमरनजीत सिंह दसिया अते उम्र करीब 6.5 साल दसी। ਇਹ ਬੱਚਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਫੈਨ ਹੈ। ਇਸਨੇ ਦੱਸਿਆ ਕਿ ਤੀਰ ਅਤੇ ਕਿਰਪਾਨ ਸੰਤ ਜੀ ਹੋਣਾ ਦੀ ਤਸਵੀਰ ਦੇਖ ਕੇ ਧਾਰਨ ਕਰਨ ਦਾ ਮਨ ਬਣਿਆ। ਇਸ ਤੋਂ ਇਲਾਵਾ ਇਸ ਗੁਰਸਿੱਖ ਬੱਚੇ ਨੂੰ ਚੋਲੇ ਪਾਉਣ ਦਾ ਬਹੁਤ ਸ਼ੌਂਕ ਹੈ ਅਤੇ ਸਿਰ ਤੇ ਦਮਾਲਾ ਬਿਨਾਂ ਸੀਸਾ ਦੇਖਿਆ ਹੀ ਝੱਟ ਸਜਾ ਲੈਂਦਾ ਹੈ ਅਤੇ ਜ਼ੁਬਾਨੀ ਗੁਰਬਾਣੀ ਦਾ ਜਾਪ ਕੰਠ ਹੈ। ਇਸ ਛੋਟੀ ਉਮਰ ਦੇ ਬੱਚੇ ਵਿੱਚ ਗੁਰੂ ਘਰ ਨਾਲ ਇੰਨੀ ਕੁ ਜ਼ਿਆਦਾ ਲਗਨ ਹੈ ਕਿ ਕਦੇ ਬਾਜ਼ਾਰ ਜਾਂ ਮੇਲੇ ਵਿੱਚੋਂ ਕੋਈ ਬਾਜਾ ਖਿਡੌਣਾ ਨਹੀਂ, ਸਗੋਂ ਸੰਤਾਂ ਦੀਆਂ ਤਸਵੀਰਾਂ ਅਤੇ ਹੋਰ ਧਾਰਮਿਕ ਗਿਆਨ ਖਰੀਦਣ ਨੂੰ ਪਹਿਲ ਦਿੰਦਾ ਹੈ। ਕੀ ਨਾਂ ਖਾਲਸਾ ਜੀ? ਸਿਮਰਨਜੀਤ। ਡੈਡੀ ਜੀ ਦਾ? ਗੁਰਸੇਵ ਸਿੰਘ। ਕਿਹੜਾ ਪਿੰਡ ਖਾਲਸਾ ਜੀ? ਡਾਲਾ। ਅੱਛਾ ਜੀ, ਇਹ ਕਿਸ ਤਰ੍ਹਾਂ ਜਿਹੜਾ ਬਾਬਾ ਜੀ ਤੁਹਾਨੂੰ ਸ਼ੌਂਕ ਪਿਆ ਗੁਰੂ ਘਰ ਨਾਲ ਜੋੜਨ ਦਾ? ਮੇਰੇ ਮਨ ਚ ਆ ਪਾਇਆ ਸੀ। ਅੱਛਾ ਜੀ, ਕੀ ਆਇਆ ਮਨ ਦੇ ਵਿੱਚ? ਮੈਂ ਮਨ ਦੇ ਵਿੱਚ ਆਇਆ ਸੀ, ਮੈਂ ਆਪ ਚੀਜ਼ਾਂ ਵੀ ਸਾਂ। ਅੱਛਾ, ਕਿਹੜੀਆਂ ਕਿਹੜੀਆਂ ਚੀਜ਼ਾਂ? ਤੀਰ, ਤੀਰ ਅਤੇ ਬਾਬੇ ਪੰਡਰਾਲੇ ਦੀ ਫੋਟੋ ਅਤੇ ਕਿਰਪਾਨ। ਮੰਨ ਲਓ ਤੁਸੀਂ ਕਿਤੇ ਮੇਲੇ ਜਾਂ ਕਿਤੇ ਬਾਜ਼ਾਰ ਜਾਂਦੇ ਜੀ, ਬਾਜ਼ਾਰ ਦੇ ਵਿੱਚੋਂ ਜਾਂ ਮੇਲੇ 'ਚੋਂ ਕਿਹੋ ਜਿਹੀਆਂ ਵਸਤੂਆਂ ਤੁਹਾਨੂੰ ਖਰੀਦਣ ਦਾ ਜਿਹੜਾ ਸ਼ੌਂਕ ਹੈ? ਤੀਰ, ਤੀਰ ਅਤੇ ਕਿਰਪਾਨ ਅਤੇ ਫੋਟੋ। ਅੱਛਾ ਖਾਲਸਾ ਜੀ, ਜਿਵੇਂ ਕਿ ਬਾਜ਼ਾਰ ਦੇ ਵਿੱਚੋਂ ਜਿਹੜੇ ਬਹੁਤੇ ਬੱਚੇ ਆ ਉਹ ਬਾਜ਼ੀਆਂ ਨੂੰ ਜ਼ਿਆਦਾ ਪਸੰਦ ਕਰਦੇ ਆ, ਅਤੇ ਤੁਸੀਂ ਵੀ ਕਦੀ ਬਾਜ਼ੀਆਂ ਖਰੀਦੀਆਂ ਕਿ ਨਹੀਂ? ਅੱਛਾ, ਤੁਹਾਡਾ ਮਨ ਨਹੀਂ ਕਰਦਾ ਵੀ ਇਹਨਾਂ ਜਿਹੜੀਆਂ ਬਾਜ਼ੀਆਂ ਖਰੀਦੀਆਂ ਜਾਣ? ਸ਼੍ਰੀ ਅਕਾਲ ਤਖਤ ਸਾਹਿਬ ਜੀ, ਸ਼੍ਰੀ ਕੇਸਗੜ੍ਹ ਸਾਹਿਬ ਜੀ, ਸ਼੍ਰੀ ਦਮਦਮਾ ਸਾਹਿਬ ਜੀ, ਸ਼੍ਰੀ ਪਟਨਾ ਸਾਹਿਬ ਜੀ, ਸ਼੍ਰੀ ਹਜ਼ੂਰ ਸਾਹਿਬ ਜੀ। ਗੁਰਬਾਣੀ ਵਿਚਾਰ ਕਰ ਲੈਂਦੇ ਜੀ? ਗੁਰਬਾਣੀ ਦਾ ਜਾਪ ਕਰਕੇ ਸੁਣਾ ਸਕਦੇ ਹੋ? ਵਾਹਿਗੁਰੂ 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 ਵਾਹਿਗੁਰੂ
ਬੋਲੇ ਸੋਨਿਆਰ ਸਾਹਿਬ ਸ੍ਰੀ ਅਕਾਲ। ਕੀ ਨਾਮ ਵਿੱਚ? ਸੇਵਕ ਸਿੰਘ। ਕਿਹੜਾ ਪਿੰਡ? ਸਾਨੂੰ ਦਰਸ਼ਨ ਸਿੰਘ ਪਿੰਡ ਡਾਲ। ਇਸ ਬੱਚੇ ਬਾਰੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ? ਇਹ ਬੱਚੇ ਦਾ ਨਾਮ ਸਿਮਰਜੀਤ ਸਿੰਘ ਹੈ ਜੀ। ਇਹਦੀ ਉਮਰ ਇਸ ਟਾਈਮ 6.5 ਸਾਲ ਹੈ। ਅੱਛਾ ਜੀ। ਇਹ ਜੋ ਤੁਸੀਂ, ਇਹ ਤੁਹਾਡਾ ਬੇਟਾ? ਹਾਂਜੀ, ਇਹ ਮੇਰਾ ਬੇਟਾ ਹੈ। ਇਹ ਜੋ ਤੁਸੀਂ ਇਹ ਵੇਖ ਰਹੇ ਜੇ ਮਹਾਰਾਜ ਦੇ ਬਾਣਾ ਇਹਨੇ ਪਾਇਆ ਹੋਇਆ, ਇਹਨੂੰ ਕੁਦਰਤੀ ਇਹਦਾ ਰੁਝਾਨ ਆ। ਅੱਜ ਤੋਂ ਤਕਰੀਬਨ 2 ਸਾਲ ਪਹਿਲਾਂ ਅਸੀਂ ਦਰਬਾਰ ਸਾਹਿਬ ਗਏ ਅਤੇ ਇਹਨੇ ਡਿਮਾਂਡ ਕੀਤੀ ਤਲਵਾਰ ਦੀ, ਅਤੇ ਪਾਪਾ ਜੀ ਮੇਰੇ ਲਈ ਤਲਵਾਰ ਲੈ ਗਏ। ਉਹ ਤੋਂ ਬਾਅਦ 2 ਕੁ ਮਹੀਨੇ ਬਾਅਦ ਇਹਨੇ ਤੀਰ ਦੀ ਡਿਮਾਂਡ ਕੀਤੀ ਹੈ। ਅਤੇ ਇਸ ਤੋਂ ਬਾਅਦ 'ਚ ਇਹ ਸੰਤ ਜਰਨੈਲ ਸਿੰਘ ਦੇ ਜਿਹੜਾ ਸੋਸ਼ਲ ਮੀਡੀਆ 'ਤੇ ਵੀਡੀਓ ਵਗੈਰਾ ਵੇਖਦਾ ਹੈ ਅਤੇ ਉਹ ਚੀਜ਼ ਦਾ ਇਹਨੂੰ ਅਸਰ ਆ, ਉਹਨਾਂ ਨੂੰ ਬਹੁਤ ਪਿਆਰ ਕਰਦਾ, ਉਹਨਾਂ ਦੀ ਤਸਵੀਰ ਲੈ ਕੇ ਆਉਂਦਾ ਜਿੱਥੇ ਕਿਤੇ ਜਾਂਦਾ, ਮੇਲੇ ਵਗੈਰਾ ਜਾਂਦਾ, ਕੋਈ ਬਾਜੀ ਨਹੀਂ ਲੈ ਕੇ ਆਉਂਦਾ, ਜਾਂ ਤਲਵਾਰ ਜਾਂ ਤੀਰ ਜਾਂ ਮਤਲਬ ਕੋਈ ਧਾਰਮਿਕ ਚੀਜ਼ ਇਹਨੇ ਜਾਂ ਸੰਤਾਂ ਦੀ ਫੋਟੋ ਲੈ ਕੇ ਆਉਂਦੀ ਹੈ। ਅੱਛਾ, ਵੱਡੀ ਗੱਲ ਇਹ ਆ ਜੀ, ਅੱਜ ਤੋਂ 2 ਕੁ ਸਾਲ ਪਹਿਲਾਂ ਸਾਡੇ ਡੈਡੀ ਜੀ ਹੋਣੀ ਜਦੋਂ ਡੈਥ ਹੋਈ ਆ, ਉਸ ਟਾਈਮ 'ਤੇ ਥੋੜ੍ਹਾ ਮੈਨੂੰ ਦਿਮਾਗੀ ਪ੍ਰੈਸ਼ਰ ਜਿਹਾ ਹੋ ਗਿਆ ਸੀ। ਇਹ ਬੱਚੇ ਨੇ ਸਾਨੂੰ ਕਹਿ ਕੇ ਅੰਮ੍ਰਿਤ ਛਕਾਇਆ। ਤੁਹਾਡਾ ਵਿਚਾਰ ਨਹੀਂ ਸੀ ਪਈ? ਮੇਰਾ ਕੋਈ ਵਿਚਾਰ ਨਹੀਂ, ਚਲੋ ਮੈਂ ਕੇਸ ਸ਼ੁਰੂ ਤੋਂ ਹੀ ਰੱਖੇ ਆ, ਪਰ ਇਹ ਆ ਵੀ ਮੈਂ ਅੰਮ੍ਰਿਤ ਕਈਆਂ ਦੇ ਮੈਨੂੰ ਕਹਿਣ 'ਤੇ ਵੀ ਨਹੀਂ ਛਕਿਆ, ਇਹ ਬੱਚੇ ਨੇ ਸਾਨੂੰ ਕਹਿ ਕੇ ਅੰਮ੍ਰਿਤ ਛਕਾਇਆ 2018 ਦੇ ਵਿੱਚ। ਉਸ ਤੋਂ ਬਾਅਦ ਇਹ ਬੱਚੇ ਦਾ ਇੰਨਾ ਰੁਝਾਨ ਵੱਧ ਗਿਆ, ਮਤਲਬ ਇਹਨੇ ਵੇਖ ਲਓ ਬਾਣਾ ਵੀ ਆਪਣੇ ਆਪ ਹੀ ਡਿਮਾਂਡ ਕਰਦਾ ਹੈ, ਧਾਰਮਿਕ ਚੀਜ਼ਾਂ ਦੀ ਗੁਰਦੁਆਰਾ ਸਾਹਿਬ ਜਾਂਦਾ, ਪਾਠ ਵੀ ਚਲੋ ਜਿੰਨਾ ਕਿ ਨਹਾਉਂਦਾ 5 ਪੌੜੀਆਂ ਦਾ ਕਰਦਾ ਡੇਲੀ। ਅਤੇ ਬਾਕੀ ਵੀ ਵਿਚਾਰ ਜਿਹੜੇ ਆ, ਜੋ ਵੀ ਸੋਸ਼ਲ ਮੀਡੀਆ ਜੇ ਦੇਖਦਾ, 4 ਸਾਹਿਬਜ਼ਾਦਿਆਂ ਦੀ ਫਿਲਮ, ਬਾਬਾ ਬੰਦਾ ਸਿੰਘ ਬਹਾਦਰ ਦੀ, ਇੱਦਾਂ ਮਤਲਬ, ਅਤੇ ਬਾਕੀ ਤੁਹਾਡੇ ਸਾਹਮਣੇ ਜਾਂ ਜੋ ਕੁਝ ਵੀ ਆ, ਇਹ ਇਹਨੂੰ ਕੁਝ ਅਸੀਂ ਸਾਡੇ ਤੋਂ ਕੁਝ ਸਿਖਾਇਆ ਨਹੀਂ ਗਿਆ, ਨਾ ਸਾਨੂੰ ਕੋਈ ਇਤਿਹਾਸ ਦੀ ਬਹੁਤੀ ਜਾਣਕਾਰੀ ਆ, ਅਤੇ ਮਤਲਬ ਕੁਦਰਤ ਵੱਲੋਂ ਹੀ ਆ ਜੋ ਕੁਝ। ਸਕੂਲ ਜਿਹੜਾ ਇਹਨਾਂ ਦਾ, ਸਕੂਲ ਦੇ ਵਿੱਚ ਕੀ ਸਿੱਖਿਆ ਦਿੰਦੇ? ਹਾਂ, ਸਕੂਲ ਹੈ ਜੀ ਕਲਗੀਧਰ ਪਬਲਿਕ ਸਕੂਲ ਭਿੱਖੀ ਪਿੰਡ ਵਿਖੇ ਪੜ੍ਹਦਾ ਹੈ, 6th ਕਲਾਸ 'ਚ ਪੜ੍ਹਦਾ ਹੈ। ਚਲੋ ਉਹਨਾਂ ਨੇ ਵੀ ਇਹਨੂੰ ਸਿਖਾਇਆ ਹੋਏਗਾ ਬਹੁਤ ਕੁਝ, ਉਹਨਾਂ ਦੀ ਵੀ ਮਤਲਬ ਜੋ ਵੀ ਦੇਣ ਹੈ ਸਕੂਲ ਵਾਲਿਆਂ ਦੀ, ਅਸੀਂ ਬੱਚੇ ਨੂੰ ਕੁਝ ਸਿਖਾ ਨਹੀਂ ਸਕੇ ਜਿਹੜੀ ਸਾਡੇ ਕੋਲ ਕਮੀ। ਸਕੂਲ ਵੀ ਤੁਸੀਂ, ਤੁਹਾਡਾ ਕਹਿਣ ਦਾ ਭਾਵ ਹੈ ਸਕੂਲ ਵੀ ਧਾਰਮਿਕ? ਹਾਂਜੀ, ਧਾਰਮਿਕ ਸਕੂਲੇ ਪੜ੍ਹਦਾ, ਉਹਨਾਂ ਵੀ ਇਹਨੂੰ ਬਹੁਤ ਸਿੱਖਿਆ ਦਿੱਤੀ ਆ, ਜਾਂ ਇਹ ਬੱਚੇ ਨੇ ਖੁਦ ਆਪਣੇ ਆਪ ਜੋ ਸਿੱਖਿਆ, ਸਾਡੇ ਕੋਲ ਇੰਨੀ ਕਮੀ ਰਹੀ ਕਿ ਅਸੀਂ ਇਹਨੂੰ ਸਿੱਖਿਆ ਨਹੀਂ ਦੇ ਸਕੇ ਬੱਚੇ। ਜੇਕਰ ਅਸੀਂ ਇਤਿਹਾਸ ਬਾਰੇ ਜਾਣਕਾਰੀ ਇਹਨੂੰ ਪੂਰੀ ਦਿੱਤੀ ਹੁੰਦੀ ਤਾਂ ਅੱਜ ਸ਼ਾਇਦ ਬੱਚਾ ਇਦੋਂ ਵੀ ਅੱਗੇ ਦਾ। ਉਮਰ ਕਿੰਨੀ ਹੈ ਇਹਦੀ? ਉਮਰ 6.5 ਸਾਲ ਹੈ ਜੀ। ਬਹੁਤ ਛੋਟਾ ਬੱਚਾ। ਹਾਂਜੀ। ਇਹਦੇ ਵੀਰ ਜੀ ਹੋਰ ਕੀ ਕੀ ਸ਼ੌਂਕ ਹੈ ਬੱਚੇ ਦੇ? ਸ਼ੌਂਕ ਵੀਰ ਜੀ ਇਹਦਾ ਇਹੀ ਆ ਵੀ ਤਲਵਾਰ ਹੈ ਜਿਹੜੇ ਸ਼ਸਤਰ ਹੈ ਸਜਾ ਕੇ ਰੱਖਦਾ ਹੈ, ਅਤੇ ਬਾਕੀ ਧਾਰਮਿਕ ਜਿਹੜੇ ਇਹਨੂੰ ਰੁਝਾਨ ਇਹਦਾ, ਮਤਲਬ ਜਿੱਦਾਂ ਵੀ ਕੁਝ ਸੋਸ਼ਲ ਮੀਡੀਆ 'ਤੇ ਉਹ ਵੀ ਇਹਨੇ ਧਾਰਮਿਕ ਚੀਜ਼ਾਂ ਵੇਖਣੀਆਂ, ਅਤੇ ਮਤਲਬ ਬਾਣਾ ਇਹਨੇ ਬਿਲਕੁਲ ਤਿਆਰ ਬਿਆਰ ਤਿਆਰ ਰਹਿੰਦਾ, ਅਤੇ ਗੁਰਦੁਆਰਾ ਸਾਹਿਬ ਜਾਂਦਾ, ਦੋਵੇਂ ਟਾਈਮ ਮੌਕਾ ਮਿਲ ਜਾਵੇ ਦੋਵੇਂ ਨੇ ਇੱਕ ਟਾਈਮ ਜਾਂਦਾ ਅਤੇ ਪਾਠ। ਗੁਰਦੁਆਰਾ ਸਾਹਿਬ ਜਿਹੜਾ ਘਰ ਤੋਂ ਕਿੰਨੀ ਦੂਰ ਹੈ? ਇਹ ਤਕਰੀਬਨ 1.5 ਕਿਲੋਮੀਟਰ ਦੇ ਲਗਭਗ। ਹਾਂਜੀ। ਅਤੇ ਰੋਜ਼ਾਨਾ ਜਾਣਾ? ਹਾਂਜੀ ਜਾਣਾ, ਸ਼ਾਮਾਂ ਦੇ ਟਾਈਮ ਜਾਣਾ। ਤੁਹਾਨੂੰ ਨਹੀਂ ਲੱਗਦਾ ਕਿ ਇੰਨੀ ਜਿਹੜੀ ਇਹ ਛੋਟੀ ਉਮਰ ਦੇ ਵਿੱਚ ਜਿਹੜਾ ਗੁਰੂ ਘਰ ਨਾਲ ਇਹ ਬੱਚਾ ਜੁੜਿਆ, ਅਤੇ ਤੁਹਾਨੂੰ ਕਿਵੇਂ ਦਾ ਮਹਿਸੂਸ ਹੁੰਦਾ? ਦੇਖੋ ਜੀ, ਗੱਲ ਬਹੁਤ ਮਾਣ ਵਾਲੀ ਆ, ਬਾਕੀ ਹੈ ਤਾਂ ਜੇ ਕੁਦਰਤੀ ਹੈ, ਅਸੀਂ ਤਾਂ ਮਾਣ ਮਹਿਸੂਸ ਕਰਦੇ ਹਾਂ ਇਸ ਚੀਜ਼ ਦਾ ਵੀ, ਜਦੋਂ ਇਹ ਪਿੰਡ 'ਚ ਜਾਂਦਾ ਉੱਥੇ ਸੰਗਤਾਂ ਵੇਖਦੀਆਂ, ਸਾਰੇ ਪੁੱਛਦੇ ਆ ਵੀ ਮਤਲਬ ਇਹ ਬੱਚਾ ਕਿੰਨਾ ਪਿਆਰਾ ਲੱਗਦਾ ਹੈ, ਕਿਹਦਾ ਬੱਚਾ ਜਾਂ ਕਿੱਦਾਂ, ਮਤਲਬ ਮਾਣ ਤਾਂ ਮਹਿਸੂਸ ਹੁੰਦਾ ਹੀ ਆ। ਬਾਕੀ ਸਾਡੇ ਕੋਲ ਕਮੀ ਇਹੋ ਰਹੀ ਵੀ ਜਿਹੜਾ ਅਸੀਂ ਥੋੜ੍ਹਾ ਇਹਨੂੰ ਇਤਿਹਾਸ ਬਾਰੇ ਜ਼ਿਆਦਾ ਦੱਸ ਨਹੀਂ ਸਕੇ, ਜੋ ਕੁਝ ਆਪਣੇ ਆਪ ਹੀ ਬਣਿਆ। ਜਿਸ ਤਰ੍ਹਾਂ ਬੱਚੇ ਜਿੱਦਾਂ ਵਿਆਹ ਸ਼ਾਦੀ ਜਾਂਦੇ ਤੇ ਉਸ ਟਾਈਮ ਇਹ ਕਿਸ ਤਰ੍ਹਾਂ ਦਾ ਪਹਿਰਾਵਾ ਜਿਹੜਾ ਪਾ ਕੇ ਜਾਂਦਾ? ਦੇਖੋ ਜੀ, ਪਹਿਰਾਵਾ ਇਹਨੂੰ ਇਹ ਪਹਿਲ ਦਿੰਦਾ ਜੀ, ਚੋਲਾ ਸਾਹਿਬ ਅਤੇ ਕਛਹਿਰਾ ਜੋ ਉਹ ਵੀ ਬਾਣਾ ਇਸ ਟਾਈਮ ਇਹਨੇ ਸਜਾਇਆ ਇਸੇ ਨੂੰ, ਮਤਲਬ ਇਹਦੀ ਜਿਹੜੀ ਮਨਦੀਸ਼ ਹੈ ਇਹੋ ਹੀ ਹੁੰਦੀ ਕਿ ਮੈਂ ਚੋਲਾ ਪਾ ਕੇ ਜਾਣਾ। ਉਹ ਕਈ ਮੌਸਮ ਦੇ ਹਿਸਾਬ ਨਾਲ ਕਈ ਵਾਰੀ ਇਹੀ ਮਤਲਬ ਬੱਚੇ ਨੂੰ ਕਹਿ ਕੇ ਵਰਦੀ ਪਾਉਣੇ, ਬਾਕੀ ਇਹਦਾ ਜਿਹੜਾ ਮਨ ਹੈ ਇਹਦਾ ਇਹੀ ਆ ਵੀ ਮੈਂ ਚੋਲਾ ਪਾ ਕੇ ਹੀ ਜਾਣਾ ਜਿਵੇਂ। ਹੋਰ ਤੁਸੀਂ ਜਿਹੜਾ ਕੀ ਸੰਦੇਸ਼ ਦੇਣਾ ਚਾਹੁੰਦੇ ਜਾਂ ਕਹਿਣਾ ਚਾਹੁੰਦੇ ਹੋ? ਕਹਿਣਾ ਵੀ ਜੀ, ਸਭ ਤੋਂ ਵੱਡੀ ਗੱਲ ਤਾਂ ਇਹ ਕਹਿਣੀ ਆ ਵੀ ਇਹ ਵੀਡੀਓ ਬਣਾਉਣ ਦਾ ਸਾਡਾ ਮਕਸਦ ਆ, ਇਹਦਾ ਮਕਸਦ ਕੋਈ ਵਿਊ ਨਹੀਂ, ਕੋਈ ਲਾਇਕ ਨਹੀਂ, ਮਤਲਬ ਕੋਈ ਵੀ ਗਲਤ ਨਾ ਸੋਚੇ, ਮਤਲਬ ਇਹੋ ਹੀ ਆ ਵੀ ਇਹ ਬੱਚਿਆਂ ਦੇ ਵੇਖ ਕੇ ਜੋ ਬੱਚੇ ਬਦਲਣਾ ਚਾਹੁਣ ਜਾਂ ਕੋਈ ਮਾਂ ਬਾਪ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ, ਇਹ ਬੱਚੇ ਨੂੰ ਵੇਖ ਕੇ ਆਪਣਾ ਉਹ ਬੱਚੇ ਜਿਹੜੇ ਆਪਣੀ ਜ਼ਿੰਦਗੀ ਸੁਧਾਰ ਸਕਣ, ਇਹਦਾ ਮੇਨ ਮਕਸਦ ਆਪਣਾ ਇਹੋ ਹੀ।